ਕਿਸੇ ਟਾਈਮ ਇੱਦਾਂ ਦਾ ਹੁੰਦਾ ਸੀ ਜਦੋਂ ਵੀ ਕੋਈ ਪੱਗ ਬਣ ਕੇ ਨਿਕਲਦਾ ਸੀ, ਗੱਭਰੂ ਜਵਾਨ ਹੋਵੇ ਜਾਂ ਕੋਈ ਵੀ ਬਜ਼ੁਰਗ ਵੀ ਹੋਵੇ, ਹੈ ਨਾ, ਅਤੇ ਕੁੜੀਆਂ ਨਾ ਸੇਫ ਮਹਿਸੂਸ ਕਰਦੀਆਂ ਸੀ ਕਿ ਨਹੀਂ ਇਹ ਹੈ ਅਤੇ ਆਪਾਂ ਓਕੇ ਹਾਂ, ਡਨ ਆ। ਲੇਕਿਨ ਅੱਜ ਦੇ ਟਾਈਮ 'ਚ ਬਹੁਤ ਸਾਰੀ ਇੱਦਾਂ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਿੱਥੇ ਲੋਕ ਡਰਦੇ ਨੇ ਕਿ ਯਾਰ ਇਹਨਾਂ ਨਾਲ ਪੰਗਾ ਨਾ ਲੈ ਲਈਏ, ਕੁਛ ਹਮਲਾ ਨਾ ਕਰ ਦੇਣ, ਸਾਨੂੰ ਮਾਰ ਨਾ ਦੇਣ ਜਾਂ ਕੁਛ ਨਾ ਹੋ ਜਾਏ। ਸੋ ਉਸ ਕਿਰਦਾਰ ਨੂੰ ਰਿਲੇਟਡ ਮੈਂ ਗੱਲਬਾਤ ਕਰਨਾ ਚਾਹੁੰਦੀ, ਇਹ ਸਾਡੇ 21st century ਦੇ ਵਿੱਚ ਇੱਦਾਂ ਕਿਉਂ ਆ ਰਿਹਾ ਕਿ ਸਾਨੂੰ ਪੱਗ ਵਾਲਿਆਂ ਤੋਂ ਹੀ ਡਰ ਲੱਗਣ ਲੱਗ ਪਿਆ ਹੈ ਕਿ ਕੁਛ ਹੋ ਨਾ ਜਾਏ? ਮੈਨੂੰ ਨਹੀਂ ਲੱਗਦਾ ਇਹ ਚੀਜ਼, ਇਹ ਮੈਂ ਇਸ ਗੱਲ 'ਤੇ ਬਿਲਕੁਲ ਸਹਿਮਤ ਨਹੀਂ ਆ ਕਿ ਪੱਗ ਵਾਲਿਆਂ ਤੋਂ ਆਪਾਂ ਡਰ। ਅਜੇ ਵੀ ਪੱਗ 'ਤੇ ਪੂਰਾ ਟਰੱਸਟ ਹੈ ਲੋਕਾਂ ਨੂੰ, ਅਤੇ ਮੈਨੂੰ ਇੱਦਾਂ ਕਦੀ ਵੀ ਫੀਲ ਨਹੀਂ ਹੋਇਆ ਕਿ ਕੋਈ ਪੱਗ ਵਾਲਾ ਬੰਦਾ ਮੇਰੇ ਨਾਲ ਖੜਾ ਹੈ ਅਤੇ ਉਹਦੇ ਨਾਲ ਮੈਨੂੰ ਅਨਸੇਫ ਮੈਨੂੰ ਹੋਏ ਜਾਂ ਕਿਸੇ ਕੁੜੀ ਨੂੰ ਹੋਏ, ਮੈਨੂੰ ਅਜੇ ਤੱਕ ਇੱਦਾਂ ਦਾ ਫੀਲ ਨਹੀਂ ਹੋਇਆ। ਇਹ ਸਿਰਫ ਅਫਵਾਹਾਂ ਨੇ ਐਂਡ ਸਾਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ। ਦੂਜੀ ਗੱਲ ਰਹੀ ਨਿਹੰਗ ਸਿੰਘਾਂ ਦੀ, ਅਤੇ ਉਹ ਆਪਣੀ ਜਗ੍ਹਾ 'ਤੇ ਜਦੋਂ ਸਟੈਂਡ ਲੈਂਦੇ ਨੇ ਅਤੇ ਉਹ ਕਿਸੇ ਇਸ਼ੂ ਕਰਕੇ ਸਟੈਂਡ ਲੈਂਦੇ ਨੇ। ਹੋ ਸਕਦਾ ਕੋਈ ਇੱਦਾਂ ਦੇ ਵੀ ਹੋਣ ਬੰਦੇ ਜੋ ਨਕਲੀ ਨਿਹੰਗ ਸਿੰਘ ਬਣ ਕੇ ਮਾਰਕੀਟ ਦੇ ਵਿੱਚ ਘੁੰਮ ਰਹੇ ਨੇ, ਉਹ ਨਕਲੀ ਹੀ ਹੋ ਸਕਦਾ। ਸਰਦਾਰ ਹਮੇਸ਼ਾ ਅਸਲੀ ਹੁੰਦਾ, ਸਿੰਘ ਹਮੇਸ਼ਾ ਅਸਲੀ ਹੁੰਦਾ। ਤੁਸੀਂ ਉਹ ਤੁਹਾਡੀ ਸਮਝ ਹੈ, ਤੁਸੀਂ ਸਿੰਘ ਨੂੰ ਕਿੱਦਾਂ ਪਹਿਚਾਣਨਾ ਅਤੇ ਨੌਨ ਸਿੰਘ ਨੂੰ ਕਿੱਦਾਂ ਪਹਿਚਾਣਨਾ। ਤੁਸੀਂ ਪਹਿਚਾਣ ਲਓਗੇ ਅਗਰ ਤੁਸੀਂ ਉਹਦੇ ਨਾਲ ਗੱਲ ਕਰੋ, 10 ਮਿੰਟ ਗੱਲ ਕਰੋ, ਮੈਂ ਪਹਿਚਾਣ ਲਵਾਂਗੀ ਅਸਲੀ ਸਿੰਘ ਹੈ ਕਿ ਨਕਲੀ ਸਿੰਘ ਹੈ, ਠੀਕ ਹੈ ਨਾ। ਅਤੇ ਨਕਲੀ ਕਿਰਦਾਰ ਬਹੁਤ ਹੈਗੇ ਨੇ ਮਾਰਕੀਟ 'ਤੇ, ਉਹਦੇ 'ਚੋਂ ਬਚੋ। ਮੈਨੂੰ ਨਹੀਂ ਲੱਗਦਾ ਕੋਈ ਅਸਲੀ ਸਿੰਘ ਹੋਏਗਾ ਜਿਹਦੇ ਤੋਂ ਕੋਈ ਕਿਸੇ ਕੁੜੀ ਨੂੰ ਡਰਨ ਦੀ ਲੋੜ ਹੈ। ਕਿਸੇ ਟਾਈਮ ਇੱਦਾਂ ਦਾ ਹੁੰਦਾ ਸੀ ਜਦੋਂ ਵੀ ਕੋਈ ਪੱਗ ਬਣ ਕੇ ਨਿਕਲਦਾ ਸੀ, ਗੱਭਰੂ ਜਵਾਨ ਹੋਵੇ ਜਾਂ ਕੋਈ ਵੀ ਬਜ਼ੁਰਗ ਵੀ ਹੋਵੇ, ਹੈ ਨਾ, ਅਤੇ ਕੁੜੀਆਂ ਨਾ ਸੇਫ ਮਹਿਸੂਸ ਕਰਦੀਆਂ ਸੀ ਕਿ ਨਹੀਂ ਇਹ ਹੈ ਅਤੇ ਆਪਾਂ ਓਕੇ ਹਾਂ, ਡਨ ਆ। ਲੇਕਿਨ ਅੱਜ ਦੇ ਟਾਈਮ 'ਚ ਬਹੁਤ ਸਾਰੀ ਇੱਦਾਂ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਿੱਥੇ ਲੋਕ ਡਰਦੇ ਨੇ ਕਿ ਯਾਰ ਇਹਨਾਂ ਨਾਲ ਪੰਗਾ ਨਾ ਲੈ ਲਈਏ, ਕੁਛ ਹਮਲਾ ਨਾ ਕਰ ਦੇਣ, ਸਾਨੂੰ ਮਾਰ ਨਾ ਦੇਣ ਜਾਂ ਕੁਛ ਨਾ ਹੋ ਜਾਏ। ਸੋ ਉਸ ਕਿਰਦਾਰ ਨੂੰ ਰਿਲੇਟਡ ਮੈਂ ਗੱਲਬਾਤ ਕਰਨਾ ਚਾਹੁੰਦੀ, ਇਹ ਸਾਡੇ 21st century ਦੇ ਵਿੱਚ ਇੱਦਾਂ ਕਿਉਂ ਆ ਰਿਹਾ ਕਿ ਸਾਨੂੰ ਪੱਗ ਵਾਲਿਆਂ ਤੋਂ ਹੀ ਡਰ ਲੱਗਣ ਲੱਗ ਪਿਆ ਹੈ ਕਿ ਕੁਛ ਹੋ ਨਾ ਜਾਏ? ਮੈਨੂੰ ਨਹੀਂ ਲੱਗਦਾ ਇਹ ਚੀਜ਼, ਇਹ ਮੈਂ ਇਸ ਗੱਲ 'ਤੇ ਬਿਲਕੁਲ ਸਹਿਮਤ ਨਹੀਂ ਆ ਕਿ ਪੱਗ ਵਾਲਿਆਂ ਤੋਂ ਆਪਾਂ ਡਰ। ਅਜੇ ਵੀ ਪੱਗ 'ਤੇ ਪੂਰਾ ਟਰੱਸਟ ਹੈ ਲੋਕਾਂ ਨੂੰ, ਅਤੇ ਮੈਨੂੰ ਇੱਦਾਂ ਕਦੀ ਵੀ ਫੀਲ ਨਹੀਂ ਹੋਇਆ ਕਿ ਕੋਈ ਪੱਗ ਵਾਲਾ ਬੰਦਾ ਮੇਰੇ ਨਾਲ ਖੜਾ ਹੈ ਅਤੇ ਉਹਦੇ ਨਾਲ ਮੈਨੂੰ ਅਨਸੇਫ ਮੈਨੂੰ ਹੋਏ ਜਾਂ ਕਿਸੇ ਕੁੜੀ ਨੂੰ ਹੋਏ, ਮੈਨੂੰ ਅਜੇ ਤੱਕ ਇੱਦਾਂ ਦਾ ਫੀਲ ਨਹੀਂ ਹੋਇਆ। ਇਹ ਸਿਰਫ ਅਫਵਾਹਾਂ ਨੇ ਐਂਡ ਸਾਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ। ਦੂਜੀ ਗੱਲ ਰਹੀ ਨਿਹੰਗ ਸਿੰਘਾਂ ਦੀ, ਅਤੇ ਉਹ ਆਪਣੀ ਜਗ੍ਹਾ 'ਤੇ ਜਦੋਂ ਸਟੈਂਡ ਲੈਂਦੇ ਨੇ ਅਤੇ ਉਹ ਕਿਸੇ ਇਸ਼ੂ ਕਰਕੇ ਸਟੈਂਡ ਲੈਂਦੇ ਨੇ। ਹੋ ਸਕਦਾ ਕੋਈ ਇੱਦਾਂ ਦੇ ਵੀ ਹੋਣ ਬੰਦੇ ਜੋ ਨਕਲੀ ਨਿਹੰਗ ਸਿੰਘ ਬਣ ਕੇ ਮਾਰਕੀਟ ਦੇ ਵਿੱਚ ਘੁੰਮ ਰਹੇ ਨੇ, ਉਹ ਨਕਲੀ ਹੀ ਹੋ ਸਕਦਾ। ਸਰਦਾਰ ਹਮੇਸ਼ਾ ਅਸਲੀ ਹੁੰਦਾ, ਸਿੰਘ ਹਮੇਸ਼ਾ ਅਸਲੀ ਹੁੰਦਾ। ਤੁਸੀਂ ਉਹ ਤੁਹਾਡੀ ਸਮਝ ਹੈ, ਤੁਸੀਂ ਸਿੰਘ ਨੂੰ ਕਿੱਦਾਂ ਪਹਿਚਾਣਨਾ ਅਤੇ ਨੌਨ ਸਿੰਘ ਨੂੰ ਕਿੱਦਾਂ ਪਹਿਚਾਣਨਾ। ਤੁਸੀਂ ਪਹਿਚਾਣ ਲਓਗੇ ਅਗਰ ਤੁਸੀਂ ਉਹਦੇ ਨਾਲ ਗੱਲ ਕਰੋ, 10 ਮਿੰਟ ਗੱਲ ਕਰੋ, ਮੈਂ ਪਹਿਚਾਣ ਲਵਾਂਗੀ ਅਸਲੀ ਸਿੰਘ ਹੈ ਕਿ ਨਕਲੀ ਸਿੰਘ ਹੈ, ਠੀਕ ਹੈ ਨਾ। ਅਤੇ ਨਕਲੀ ਕਿਰਦਾਰ ਬਹੁਤ ਹੈਗੇ ਨੇ ਮਾਰਕੀਟ 'ਤੇ, ਉਹਦੇ 'ਚ ਬਚੋ। ਮੈਨੂੰ ਨਹੀਂ ਲੱਗਦਾ ਕੋਈ ਅਸਲੀ ਸਿੰਘ ਹੋਏਗਾ ਜਿਹਦੇ ਤੋਂ ਕੋਈ ਕਿਸੇ ਕੁੜੀ ਨੂੰ ਡਰਨ ਦੀ ਲੋੜ ਹੈ। ਉਹਨਾਂ ਨੂੰ ਇਹ ਚੀਜ਼ਾਂ ਨਹੀਂ, ਉਹਨਾਂ ਨੂੰ ਸਿਰਫ ਕੰਮ ਨਾਲ ਮਤਲਬ ਹੈ, ਕੰਮ ਡਿਲੀਵਰ ਹੋਣਾ ਚਾਹੀਦਾ, ਉਹਨਾਂ ਦਾ ਕੰਮ ਸਫਰ ਨਹੀਂ ਕਰਨਾ ਚਾਹੀਦਾ। ਇਫ ਯੂ ਆਰ ਡਿਲੀਵਰਿੰਗ ਯੂਅਰ ਵਰਕ ਦੈਨ ਦੇਰ ਇਜ਼ ਨੋ ਪ੍ਰੋਬਲਮ।